ਕਪੂਰਥਲਾ ਦੀ ਨਵੀਂ ਨਿਯੁਕਤ ਐਸਐਸਪੀ ਕਮਰਦੀਪ ਕੌਰ ਆਈਪੀਐਸ ਨੇ ਆਪਣਾ ਕਾਰਜ ਸੰਭਾਲਦੇ ਜਿੱਥੇ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਉੱਥੇ ਹੀ ਪੁਲਿਸ ਲਾਈਨ ਕਪੂਰਥਲਾ ਦੇ ਸੀਨੀਅਰ ਪ੍ਰਿੰਟ ਅਤੇ ਇਲੈਕਟ੍ਰੋਨਿਕ ਮੀਡੀਆ ਨਾਲ ਵੀ ਮੀਟਿੰਗ ਕਰ ਮੀਡੀਆ ਕਰਮੀਆਂ ਨੂੰ ਸ਼ਹਿਰ ਵਿੱਚ ਚੱਲ ਰਹੀਆਂ ਗੈਰ ਕਾਨੂੰਨੀ ਗਤੀਵਿਧੀਆਂ ਦੀ ਜਾਣਕਾਰੀ ਪੁਲਿਸ ਨਾਲ ਸਾਂਝੀ ਕਰਨ ਦੀ ਅਪੀਲ ਕੀਤੀ। ਉੱਥੇ ਹੀ ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਕਾਨੂੰਨ ਵਿਵਸਥਾ ਕਾਇਮ ਰੱਖੀ ਜਾਵੇ। ਸਾਡਾ ਪ੍ਰਾਇਮਰੀ ਫੋਕਸ ਲੋਅ ਐਂਡ ਆਰਡਰ ਮੇਨਟੇਨੈਂਸ 'ਤੇ ਰਹੇਗਾ। ਇਸ ਤੋਂ ਇਲਾਵਾ ਜਿਹੜੇ ਵੀ ਮੇਜਰ ਕ੍ਰਾਈਮਸ ਹੈ ਜਿਵੇਂ ਕਿ ਡਰੱਗ ਸਮਗਲਿੰਗ, ਲਿਕਰ ਸਮਗਲਿੰਗ, ਉਸ ਤੋਂ ਇਲਾਵਾ ਗੈਂਗਸਟਰਸ ਅਤੇ ਜਿਹੜੇ ਕ੍ਰਿਮੀਨਲਸ ਹੈ ਲੋਅ ਐਂਡ ਆਰਡਰ ਨੂੰ ਖਰਾਬ ਕਰਦੇ ਹਨ, ਉਹਨਾਂ 'ਤੇ ਸਾਡਾ ਸਪੈਸ਼ਲ ਫੋਕਸ ਰਹੇਗਾ ਅਤੇ ਸਪੈਸ਼ਲ ਡਰਾਈਵਸ ਚਲਾ ਕੇ ਅਸੀਂ ਇਹ ਸਾਰੇ ਕੰਮ ਨੂੰ ਖਤਮ ਕਰਾਂਗੇ। ਨਸ਼ਾ ਜਿਹੜਾ ਨਸ਼ਾ ਇੱਕ ਸਮੱਸਿਆ ਹੈ ਜੀ ਪੰਜਾਬ ਦੇ ਵਿੱਚ ਬਹੁਤ ਵੱਡੀ, ਅੱਜ ਵੀ ਜਿਹੜਾ ਨਸ਼ਾ ਜਿਹੜਾ ਕਪੂਰਥਲੇ ਵਿੱਚ ਡੋਰ ਟੂ ਡੋਰ ਵਿਕ ਰਿਹਾ, ਉਸ ਬਾਰੇ ਕੀ ਕਹਿਣਾ ਚਾਹੀਦਾ? ਇਹਦੇ ਬਾਰੇ ਮੈਂ ਦੱਸਣਾ ਚਾਹੁੰਦੀ ਹਾਂ ਕਿ ਸਰਕਾਰ ਬਿਲਕੁਲ ਸੀਰੀਅਸ ਹੈ ਨਸ਼ਾ ਖਤਮ ਕਰਨ ਲਈ, ਅਤੇ ਜਿਹੜਾ ਨਸ਼ਾ ਫਾਰਮਾਸੂਟੀਕਲ ਡਰੱਗਸ ਦਾ ਸਪੈਸ਼ਲੀ ਨਸ਼ਾ ਜਿਹੜੇ ਵੱਡੇ ਤੌਰ 'ਤੇ ਲੋਕਲੀ ਵਿਕਦਾ ਹੈ, ਉਹਦੇ ਲਈ ਸਾਡਾ ਸਪੈਸ਼ਲ ਫੋਕਸ ਹੋਏਗਾ। ਇਸ ਤੋਂ ਇਲਾਵਾ ਹੋਰ ਨਸ਼ੀਲੇ ਪਦਾਰਥ, ਨਸ਼ੀਲਾ ਪਾਊਡਰ ਜਿਹੜਾ ਵਿਕਦਾ ਹੈ, ਅਤੇ ਉਸਨੂੰ ਬਿਲਕੁਲ ਸੀਰੀਅਸਨੈਸ ਲੈ ਕੇ ਖਤਮ ਕੀਤਾ ਜਾਵੇਗਾ। ਕੋਈ ਅਦਰ ਐਕਟੀਵਿਟੀ ਤੁਸੀਂ ਦੱਸਣਾ ਚਾਹੁੰਦੇ ਪਬਲਿਕ ਨੂੰ, ਕੋਈ ਜਾਣਕਾਰੀ? ਮੈਂ ਪਬਲਿਕ ਨੂੰ ਇਹੀ ਦੱਸਣਾ ਚਾਹੁੰਦੀ ਹਾਂ ਕਿ ਸਾਨੂੰ ਤੁਸੀਂ ਆਪਣੇ ਪਰਿਵਾਰ ਦਾ ਹਿੱਸਾ ਸਮਝੋ, ਕੋਈ ਵੀ ਕ੍ਰਿਮੀਨਲ ਇਨਫੋਰਮੇਸ਼ਨ ਆਉਂਦੀ ਹੈ ਸਾਨੂੰ ਤੁਸੀਂ ਦਿਓ। ਕੋਵਿਡ ਦੇ ਕੇਸਿਸ ਦੁਬਾਰਾ ਇੱਕ ਵਾਰ ਵਧਣੇ ਸ਼ੁਰੂ ਹੋ ਗਏ ਨੇ, ਸਾਡੀ ਇਹੀ ਅਪੀਲ ਹੈ ਪਬਲਿਕ ਨੂੰ ਕਿ ਅਸੀਂ ਮਾਸਕ ਪਾ ਕੇ ਰੱਖੀਏ, ਸਮਾਜਿਕ ਦੂਰੀ ਬਣਾ ਕੇ ਰੱਖੀਏ। ਕੋਵਿਡ ਰਿਲੇਟਿਡ ਇਨਫੋਰਸਮੈਂਟ ਐਕਸ਼ਨ ਵੀ ਜਲਦੀ ਹੀ ਅਸੀਂ ਕਰਾਂਗੇ, ਨਾ ਮਾਸਕ ਪਾਉਂਦੇ ਚਲਾਨ ਅਤੇ ਹੋਰ ਇਨਫੋਰਸਮੈਂਟ ਐਕਸ਼ਨ ਹੈ ਜਿਹੜਾ ਅਸੀਂ ਅਪ ਕਰਾਂਗੇ ਉਹਨੂੰ ਆਉਣ ਵਾਲੇ ਦਿਨਾਂ 'ਚ। ਇਸ ਕਰਕੇ ਸਾਨੂੰ ਪਬਲਿਕ ਤੋਂ ਪੂਰੇ ਸਹਿਯੋਗ ਦੀ ਉਮੀਦ ਹੈ। ਮੈਡਮ, ਜਿਹੜੇ ਕਾਫੀ ਸਾਲਾਂ ਤੋਂ ਇੱਕ ਹੀ ਸੀਟ 'ਤੇ ਇੱਕ ਹੀ ਆਪਣੇ ਸਭ ਡਿਵੀਜ਼ਨਸ ਹੈਗੇ ਆ, ਉਹਨਾਂ ਦੀ ਹੇਰ ਫੇਰ ਕਿਉਂ ਨਹੀਂ ਹੋ ਰਹੀ? ਇਹਨਾਂ ਬਾਰੇ ਸਾਨੂੰ ਰੀਸੈਂਟ ਇੰਸਟਰਕਸ਼ਨਸ ਆਈਆਂ ਡੀ ਜੀ ਪੀ ਆਫਿਸ ਤੋਂ ਵੀ, ਅਤੇ ਅਸੀਂ ਵੀ ਸੀਰੀਅਸਲੀ ਇਸ ਨੂੰ ਟੇਕਅਪ ਕੀਤਾ ਹੈ। ਜਿਹੜੇ ਕਾਫੀ ਸਮੇਂ ਤੋਂ ਆਪਣੀ ਹੋਮ ਸਬ ਡਿਵੀਜ਼ਨਸ 'ਚ ਵੀ ਪੋਸਟਡ ਨੇ, ਉਹਨਾਂ ਨੂੰ ਪੋਸਟ ਆਊਟ ਕਰ ਦਿੱਤਾ ਗਿਆ ਹੈ। ਕਾਫੀ ਜਿਹੜੇ ਥਾਣਿਆਂ ਵਿੱਚ ਨਹੀਂ ਪੋਸਟਿੰਗ ਹੋਈ ਸੀ ਉਹਨਾਂ ਦੀ ਕਾਫੀ ਸਮੇਂ ਤੋਂ, ਉਹਨਾਂ ਨੂੰ ਥਾਣਿਆਂ ਵਿੱਚ ਪੋਸਟ ਕੀਤਾ ਗਿਆ ਹੈ, ਅਤੇ ਇਹ ਮੈਨ ਪਾਵਰ ਆਡਿਟ ਸਾਡਾ ਜਾਰੀ ਹੈ, ਅਤੇ ਥੋੜ੍ਹੇ ਹੀ ਦਿਨਾਂ 'ਚ ਅਸੀਂ ਸਾਰਾ ਰਿਵਿਊ ਕਰਕੇ ਇਸ ਨੂੰ ਅਪਡੇਟ ਕਰ ਦਾਂਗੇ। ਇੱਕ ਮੈਡਮ, ਕੁਛ ਪੋਲੀਟੀਕਲ ਬੰਦੇ ਹੈਗੇ ਨੇ ਛੁੱਟ ਪਈ ਜਾਂ ਨੇਤਾ, ਜਿਹਨਾਂ ਦੇ ਕਾਰਨ ਇਹ ਛੋਟੇ ਮੋਟੇ ਜਿਹੜੇ ਢਾਬੇ ਹੈਗੇ ਉਹਨਾਂ 'ਤੇ ਸ਼ਰਾਬ ਪਲਾਈ ਜਾਂਦੀ ਹੈ, ਪੁਲਿਸ ਕੋਈ ਐਕਸ਼ਨ ਨਹੀਂ ਲੈਂਦੀ ਹੈ ਉਸ 'ਤੇ? ਮੈਂ ਜਿਵੇਂ ਪਹਿਲੇ ਕਿਹਾ ਕਿ ਕੋਈ ਵੀ ਇਲੀਗਲ ਐਕਟ ਹੁੰਦਾ ਹੈ, ਕੋਈ ਵੀ ਗੈਰ ਸਮਾਜਿਕ ਕਾਰਵਾਈ ਹੁੰਦੀ ਹੈ, ਸਾਡੇ ਧਿਆਨ ਵਿੱਚ ਲਿਆਇਆ ਜਾਵੇ, ਅਸੀਂ ਵੀ ਆਪਣੇ ਵੱਲੋਂ ਪ੍ਰੋਐਕਟਿਵ ਰਹਿ ਕੇ ਸਾਰੇ ਕੰਮ ਖਤਮ ਕਰਾਂਗੇ। ਔਰ ਮੈਡਮ, ਕੁਛ ਜਿਹੜੇ ਆਫਿਸਰ ਕੰਮ ਕਰਦੇ ਇਮਾਨਦਾਰੀ ਨਾਲ, ਉਹਨਾਂ ਨੂੰ ਯਾਦ ਟ੍ਰਾਂਸਫਰ ਕਰ ਦਿੱਤਾ ਜਾਂਦਾ, ਯਾਦ ਉਹਨਾਂ ਨੂੰ ਚੁੱਪ ਕਰਾ ਦਿੱਤਾ ਜਾਂਦਾ, ਉਹਨਾਂ ਬਾਰੇ ਤੁਸੀਂ ਹੁਣ ਕਾਨੂੰਨ ਜਿਹੜਾ ਹੈਗਾ ਪੁਲਿਸ ਪ੍ਰਸ਼ਾਸਨ ਆਪਣੇ ਤਰੀਕੇ ਨਾਲ ਚੱਲੇਗਾ ਕਿ ਪੋਲੀਟੀਕਲ ਪ੍ਰੈਸ਼ਰ ਨਾਲ ਚੱਲੇਗਾ? ਦੇਖੋ ਜੀ, ਐਜ਼ ਪਰ ਲੋਅ ਜੋ ਵੀ ਕਾਰਵਾਈ ਬਣਦੀ ਹੈ ਅਸੀਂ ਉਵੇਂ ਕਰਾਂਗੇ। ਕਾਨੂੰਨ ਵਿਵਸਥਾ ਨੂੰ ਬਣਾ ਕੇ ਰੱਖਿਆ ਜਾਏਗਾ, ਅਤੇ ਚੰਗੇ ਅਫਸਰ ਕੰਮ ਕਰਨ ਵਾਲਿਆਂ ਨੂੰ ਅਸੀਂ ਰਿਵਾਰਡ ਵੀ ਦੇਵਾਂਗੇ। ਰਾਜਨੀਤੀ ਦੁਆਰਾ ਦੇ ਹੇਠ ਵੀ ਪੁਲਿਸ ਪ੍ਰਸ਼ਾਸਨ ਕੰਮ ਕਰ ਰਹੀ ਹੈ ਪਹਿਲੇ ਸਮੇਂ ਦੇ ਸਮੇਂ ਮੈਂ ਜਿਵੇਂ ਦੱਸਿਆ ਸੀ, ਐਜ਼ ਪਰ ਲੋਅ ਜੋ ਵੀ ਕੰਮ ਠੀਕ ਹੋਏਗਾ ਅਸੀਂ ਉਵੇਂ ਕਰਾਂਗੇ, ਅਤੇ ਸਾਰਿਆਂ ਦੇ ਸਹਿਯੋਗ ਨਾਲ ਕਰਾਂਗੇ। ਕਪੂਰਥਲਾ ਤੋਂ ਨਰੇਸ਼ ਖੋਸਲਾ ਦੀ ਰਿਪੋਰਟ। ਫਗਵਾੜੇ ਸਿੰਘ ਟ੍ਰੋਨਿਕ ਨੇ ਮੋਬਾਈਲਾਂ ਦੀ ਦੁਨੀਆ ਵਿੱਚ ਕੀਤਾ ਧਮਾਕਾ। ਕੋਈ ਵੀ ਨਵਾਂ ਫੋਨ ਖਰੀਦੋ ਤੇ ਨਾਲ ਲੈ ਜਾਓ ਦੂਜਾ ਫੋਨ ਫ੍ਰੀ। ਇੱਥੇ ਆਨਲਾਈਨ ਨਾਲੋਂ ਵੀ ਮਿਲ ਰਹੇ ਨੇ ਸਸਤੇ ਫੋਨ। ਸਾਂਝ ਟੀਵੀ ਦੇ ਦਰਸ਼ਕਾਂ ਲਈ ਨਿਕਲਣਗੇ ਕਈ ਵੱਡੇ ਇਨਾਮ। ਨਾਲ ਹੀ ਸੈਕਿੰਡ ਹੈਂਡ ਫੋਨ ਖਰੀਦੋ ਤੇ ਪਸੰਦ ਨਾ ਆਉਣ ਤੇ 7 ਦਿਨਾਂ ਵਿੱਚ ਵਾਪਸ ਕਰਕੇ ਨਵਾਂ ਲੈ ਜਾਓ। ਗ੍ਰਾਹਕ ਦਾ ਸਮਾਂ ਬਚਾਉਂਦੇ ਹੋਏ ਸਿਰਫ 1 ਘੰਟੇ ਦੇ ਅੰਦਰ ਅੰਦਰ ਕੀਤੀ ਜਾਂਦੀ ਹੈ ਮੋਬਾਈਲ ਦੀ ਰਿਪੇਅਰ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਪਹੁੰਚੋ ਸਿੰਘ ਟ੍ਰੋਨਿਕ ਮੋਬਾਈਲਸ, ਗੈਜਟਸ ਐਂਡ ਮੋਰ, ਗੁਰੂ ਹਰਗੋਬਿੰਦ ਨਗਰ, ਫਗਵਾੜਾ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 98141 0184, 98552 22000।